ਇਨਸਾਨ ਬੇਜਵਾਨ ਜਾਨਵਰਾਂ ਲਈ ਬਣਿਆ ਫਰਿਸ਼ਤਾ। ਇੱਕ ਬਚਾਈ ਗਾਂ ਤੇ ਦੂਸਰੀ ਬਚਾਈ ਬੱਕਰੀ। ਇਨਸਾਨ ਇੱਕ ਅਜਿਹਾ ਜੀਵ ਜਿਸ ਚ ਇਨਸਾਨੀਅਤ ਵੀ ਹੁੰਦੀ ਹੈ ਤੇ ਹੈਵਾਨੀਅਤ ਵੀ। ਸਮੇਂ ਦੇ ਨਾਲ ਹੀ ਇਹ ਉਗਲ ਕੇ ਬਾਹਰ ਆਉਂਦੀਆਂ ਨੇ। ਕਈ ਵਾਰ ਇਨਸਾਨ ਗੁੱਸੇ ਚ ਆ ਕੇ ਕਿਸੇ ਦਾ ਕਤਲ ਕਰਨ ਤੋਂ ਵੀ ਬਿਲਕੁਲ ਵੀ ਗੁਰੇਜ਼ ਨਹੀਂ ਕਰਦਾ ਤੇ ਕਈ ਵਾਰ ਇਨਸਾਨ ਬੇਜ਼ੁਬਾਨ ਜਾਨਵਰਾਂ ਲਈ ਵੀ ਫਰਿਸ਼ਤਾ ਬਣ ਜਾਂਦਾ। ਪਰ ਜੋ ਅਸੀਂ ਤੁਹਾਨੂੰ ਵੀਡੀਓਜ਼ ਦਿਖਾਉਣ ਜਾ ਰਹੇ ਹਾਂ ਉਸ 'ਚ ਇਨਸਾਨੀਅਤ ਖੂਬ ਨਿਖਰ ਕੇ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਪਰਿਵਾਰ ਦੀ ਗਾਂ ਨਹਿਰ ਵਿੱਚ ਡਿੱਗ ਪਈ ਜਿਸ ਨੂੰ ਨੌਜਵਾਨਾਂ ਨੇ ਆਪਣੀ ਜਾਨ ਦੀ ਬਿਨਾਂ ਪਰਵਾਹ ਕੀਤੇ ਨਹਿਰ 'ਚੋਂ ਬਾਹਰ ਕੱਢਿਆ ਗਿਆ। ਦੇਖੋ ਤਸਵੀਰਾਂ। ਉੱਥੇ ਹੀ ਗਾਂ ਦੇ ਮਾਲਕ ਨੇ ਇਹਨਾਂ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਸਾਰੀ ਗੱਲਬਾਤ ਦੱਸੀ। ਹਾਂਜੀ, ਕੀ ਨਾਮ ਹੈ? ਮਨਪ੍ਰੀਤ ਸਿੰਘ ਜੀ। ਤੇ ਗਾਂ ਕਿਸ ਤਰ੍ਹਾਂ ਡਿੱਗ ਪਈ ਸੀ ਆਪਣੀ? ਇਹ ਹੀ ਭਿੜਪੀਆਂ ਸੀਗੀਆਂ ਤੇ ਇੱਥੋਂ ਭਿੜਦੀ ਡਿੱਗ ਪਈ ਨੇ। ਤੇ ਕਿਸ ਨੇ ਕੱਢੀ ਇਹ? ਇਹ ਗੁਰੂ ਸਰ ਦੀ ਕਮੇਟੀ ਸੀਗੀ ਮੁੰਡਿਆਂ ਦੀ, ਉਹਨਾਂ ਸਹਿਯੋਗ ਨਾਲ ਕੱਢੀ ਸੀ। ਕਿੰਨਾ ਟਾਈਮ ਹੋ ਗਿਆ ਡਿੱਗੀ ਨੇ ਨਹਿਰ 'ਚ? ਇਹਨੂੰ ਹੋ ਗਿਆ ਸੀਗਾ ਜੀ 1.5 ਘੰਟੇ ਦੇ ਨੇੜੇ। ਅੱਛਾ, ਇਹਨਾਂ ਸਾਰਾ ਮੁੰਡਿਆਂ ਨੇ ਰਲ ਮਿਲ ਕੇ ਕੱਢੀ ਹੈ? ਹਾਂਜੀ, ਸਾਰੇ ਮੁੰਡਿਆਂ ਨੇ ਰਲ ਮਿਲ ਕੇ ਕੱਢੀ। ਕੀ ਕਹਿਣਾ ਚਾਹੋਗੇ ਟੀਮ ਨੂੰ, ਇਹਨਾਂ ਨੂੰ? ਬਹੁਤ ਬਹੁਤ ਧੰਨਵਾਦ ਆ ਜੀ ਟੀਮ ਦਾ। ਅੱਗੇ ਵਾਸਤੇ ਵੀ ਇਹਨਾਂ ਵਾਸਤੇ ਬਹੁਤ ਵੱਡੀ ਗੱਲ ਆ, ਜਿਹੜਾ ਕਮੇਟੀ ਨੇ ਪਸ਼ੂ ਡੰਗਰ ਵਿਚਾਰਾ ਬਾਹਰਲਾ ਕੱਢਦੇ ਆ। ਮਿਹਰਬਾਨੀ, ਧੰਨਵਾਦ ਇਹਨਾਂ ਦਾ। ਗਾਂ ਨਹਿਰ 'ਚੋਂ ਕੱਢਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ ਤਾਂ ਉਹ ਮੌਕੇ 'ਤੇ ਪਹੁੰਚੇ ਤੇ ਗਾਂ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਉਸਦੇ ਮਾਲਕ ਦੇ ਹਵਾਲੇ ਕੀਤਾ ਗਿਆ। ਹਾਂਜੀ, ਕੀ ਨਾਮ ਹੈ? ਇੰਦਰੀਤ ਸਿੰਘ ਜੀ। ਅਸੀਂ ਗੁਰੂ ਸਰ ਦੇ ਐਂਟੀ ਡਰੱਗ ਕਮੇਟੀ ਦੇ ਮੈਂਬਰ ਹਾਂ ਅਤੇ ਪਿੱਛੇ ਤੋਂ ਗਿਰਜੇ ਵਾਲੇ ਤੋਂ ਕਿਸੇ ਦੀ ਗਾਂ ਡਿੱਗ ਗਈ ਸੀਗੀ ਅਤੇ ਸਾਡੀ ਪੁਲ 'ਤੇ ਡਿਊਟੀ ਲੱਗੀ ਹੋਈ ਸੀਗੀ ਅਤੇ ਅਸੀਂ ਪੁਲ 'ਤੇ ਖੜ੍ਹੇ ਸੀਗੇ 10-12 ਜਣੇ ਅਤੇ ਉਹਨਾਂ ਨੇ ਕਿਹਾ ਸਾਡੀ ਗਾਂ ਕੱਢ ਦਿਉ। ਉਹ ਪਿੱਛੇ ਤੋਂ ਵਾਹਵਾ ਟਾਈਮ ਦੇ ਉਹਨਾਂ ਪਿੱਛਾ ਕਰਦੇ ਰਹੇ ਸੀ ਗਾਂ ਦਾ, ਉਹਨਾਂ ਤੋਂ ਗਾਂ ਨਹੀਂ ਨਿਕਲੀ ਅਤੇ ਅਸੀਂ ਪਿੰਡੋਂ ਲਾਸ ਲੂਸ ਲੈ ਕੇ ਆਏ ਅਤੇ 15-20 ਮਿੰਟਾਂ 'ਚ ਉਹਨੇ ਗਾਂ ਕੱਢ ਕੇ ਬਾਹਰ ਨੂੰ ਦੇ ਦਿੱਤੀ। ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਹੋਰ ਹੈ? ਹੋਰ ਵੀ ਪਿੰਡ 'ਚ ਸਾਡੀ ਨਸ਼ਾ ਛੁਡਾਊ ਕਮੇਟੀ ਹੈਗੀ ਜੀ ਅਤੇ ਸਾਡਾ ਪਿੰਡ ਦਾ ਸਾਥ ਚਾਹੀਦਾ, ਸਾਨੂੰ ਯੋਗਦਾਨ ਹੀ ਦੇ ਰਹੇ ਪਿੰਡ ਦੇ ਲੋਕ। ਸਾਡਾ ਬਹੁਤ ਥੋੜ੍ਹੇ ਜਾਣੇ ਅਸੀਂ ਅਤੇ ਪਿੰਡ 'ਚ ਬਹੁਤ ਜ਼ਿਆਦਾ ਵੋਟ ਆ ਸਾਡੇ 'ਤੇ ਵੀ, ਸਾਡਾ ਸਾਥ ਦਿੱਤਾ ਜਾਵੇ। ਮੇਰਾ ਨਾਮ ਰਣਜੀਤ ਸਿੰਘ ਗਿੱਲ ਹੈ, ਮੈਂ ਗੁਰੂ ਸਰ ਨਸ਼ਾ ਰੋਕੂ ਕਮੇਟੀ ਦਾ ਮੈਂਬਰ ਹਾਂ। ਅੱਜ ਸਾਡੀ ਟੀਮ ਹੈ ਜਿਹੜਾ ਨਸ਼ੇ ਵਾਲੇ ਉਹਨਾਂ ਬੰਦਿਆਂ 'ਤੇ ਨਿਗਾਹ ਰੱਖ ਕੇ ਗਈ ਸੀਗੀ ਨਹਿਰ 'ਤੇ ਅਤੇ ਉਸ ਟਾਈਮ ਹੀ ਗਿਲਜੇ ਵਾਲੇ ਤੋਂ ਸਾਡੇ ਕੋਲ ਮੁੰਡੇ ਆਏ, ਉਹਦੇ ਵੀ ਸਾਡੀ ਜਿਹੜੀ ਇੱਕ ਗਾਂ ਵੱਡੀ ਨਹਿਰ ਰਾਜਸਥਾਨ ਨਹਿਰ ਆ ਉਹਦੇ ਵਿੱਚ ਡਿੱਗ ਪਈ, ਤੁਸੀਂ ਸਾਡੀ ਮਦਦ ਕਰੋ। ਉਹਨਾਂ ਨੇ ਕਾਫੀ ਟਾਈਮ ਕਰੀਬ 1.5 ਘੰਟਾ ਉਹਨਾਂ ਨੇ ਗਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਆ ਬਾਹਰ, ਪਰ ਉਹਨਾਂ ਤੋਂ ਨਿਕਲੀ ਨਹੀਂ। ਜਦੋਂ ਸਾਡੀ ਟੀਮ ਨੂੰ ਇਹਦਾ ਪਤਾ ਲੱਗਿਆ, ਇਹਨਾਂ ਦੱਸਿਆ ਕਿ ਤਾਂ ਸਾਡੀ ਟੀਮ ਆ ਜਿਹੜੇ ਜਿੰਨੇ ਵੀ ਮੁੰਡੇ ਆ ਮਿਹਨਤੀ ਮੁੰਡੇ ਆ, ਇਹਨਾਂ ਨੇ ਘਰੋਂ ਜਾ ਕੇ ਇੱਕ ਰੱਸਾ ਲਿਆਂਦਾ, ਰੱਸੇ ਦੀ ਮਦਦ ਨਾਲ 1.5 ਕਿਲੋਮੀਟਰ ਜਿਹੜਾ ਗੁਰੂ ਸਰ ਗਿੱਦੜਵਾਲਾ ਪੁਲ ਹੈ ਉਹ ਤੋਂ ਅੱਗੇ ਗਾਂ ਕੱਢੀ ਹੈ ਅਤੇ ਗਾਂ ਕੱਢ ਕੇ ਜਿਹੜਾ ਉਹ ਮਾਲਕ ਨੂੰ ਦੇਤੀ ਹੈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਦੂਜੇ ਬੰਦੇ ਜਿਹੜੇ ਵੀ ਹੈਗੇ ਆ ਜਿਹੜੇ ਸਾਡੀ ਆਲੋਚਨਾ ਕਰ ਰਿਹਾ ਜਾਂ ਕੋਈ ਵੀ ਅਸੀਂ ਨਾਲ ਨਾਲ ਜਿੱਥੇ ਨਸ਼ਾ ਰੋਕੂ ਟੀਮ ਆ ਸਾਡੀ ਨਸ਼ੇੜੀ ਬੰਦੇ ਆ ਉਹਨਾਂ 'ਤੇ ਨਿਗਾਹ ਰੱਖ ਰਹੀ ਹੈ। ਉੱਥੇ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਕਿਸੇ ਨੂੰ ਵੀ ਸਾਡੀ ਮਦਦ ਟੀਮ ਦੀ ਲੋੜ ਪੈਂਦੀ ਹੈ ਮਦਦ ਦੀ, ਤਾਂ ਅਸੀਂ ਕਰਨ ਨੂੰ ਤਿਆਰ ਹੈ ਅਤੇ ਉਹ ਸਾਡੀ ਸਹਾਇਤਾ ਲੈ ਸਕਦੇ ਹੈ। ਬਾਕੀ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਕਰਦੇ ਰਹਿਣਾ ਸਾਡੀ ਟੀਮ ਦਾ ਹੀ ਮੁੱਖ ਟੀਚਾ। ਹਾਂਜੀ, ਕੀ ਨਾਮ ਹੈ? ਸਿਕੰਦਰ ਸਿੰਘ ਜੀ। ਕਿਸ ਤਰ੍ਹਾਂ ਕੱਢੀ ਗਈ ਹੈ ਜਿਹੜੀ ਗਾਂ ਅੱਜ? ਇਹ ਤਕਰੀਬਨ 1 ਘੰਟਾ ਪਹਿਲਾਂ ਸਾਡੇ ਕੋਲ ਨਸ਼ਾ ਛੁਡਾਊ ਕਮੇਟੀ ਜਿਹੜੀ ਸਾਡੀ ਬਣੀ ਹੋਈ ਹੈ ਗੁਰੂ ਸਰ ਦੀ, ਸਾਡੇ ਕੋਲ 1 ਘੰਟਾ ਪਹਿਲਾਂ 3 ਮੁੰਡੇ ਆਏ ਗਿਲਜੇ ਵਾਲੇ ਤੋਂ ਜਿਨ੍ਹਾਂ ਦੀ ਗਾਂ ਵੱਡੀ ਨਹਿਰ ਵਿੱਚ ਡਿੱਗ ਪਈ ਸੀ। ਉਹਨਾਂ ਨੇ ਆ ਕੇ ਸਾਨੂੰ ਦੱਸਿਆ ਵੀ ਸਾਡੀ ਇਸ ਤਰ੍ਹਾਂ ਗਾਂ ਡਿੱਗ ਪਈ, ਉਹ ਨਿਕਲ ਨਹੀਂ ਰਹੀ। ਉਹਨਾਂ ਨੇ ਸਾਨੂੰ 1 ਘੰਟਾ ਹੋ ਗਿਆ ਪਿੱਛੇ ਤੋਂ ਆਉਂਦਿਆਂ ਨੂੰ ਅਤੇ ਸਾਥੋਂ ਗਾਂ ਨਹੀਂ ਲੋਟ ਆ ਰਹੀ। ਫਿਰ ਅਸੀਂ ਇੱਥੋਂ ਇਕੱਠੇ ਹੋ ਕੇ ਜੋ ਸੁਹਾਗ ਵਾਲਾ ਪੁਲ ਉੱਥੋਂ ਸਾਰੇ ਚੱਲੇ ਲਾਸ ਲੂਸ ਲੈ ਕੇ ਆਉਂਦੀ ਅਤੇ ਤਕਰੀਬਨ 15 ਮਿੰਟ 'ਚ ਗਾਂ ਅਸੀਂ ਬਾਹਰ ਕੱਢਤੀ। ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ ਜਿਹੜੀ ਕਮੇਟੀ? ਕਮੇਟੀ ਪਿੰਡ ਵਾਸਤੇ ਨਸ਼ਾ ਛੁਡਾਊ ਰੋਕੂ ਕੰਮ ਤਾਂ ਕਰ ਹੀ ਰਹੀ ਹੈ, ਉਸ ਤੋਂ ਇਲਾਵਾ ਹੋਰ ਵੀ ਬਹੁਤ ਵਧੀਆ ਕੰਮ ਕਰ ਰਹੇ ਹਾਂ। ਜਿਵੇਂ ਕਿਸੇ ਦਾ ਕੋਈ ਪਸ਼ੂ ਡੰਗਰ ਹੋ ਗਿਆ ਜਾਂ ਕੋਈ ਹੋਰ ਕਿਸੇ ਦੀ ਮਦਦ ਕਰਨੀ ਹੈ, ਕਿਸੇ ਦਾ ਨਸ਼ਾ ਛੁਡਾਉਣਾ, ਉਸ ਨੂੰ ਦਾਖਲ ਕਰਾਉਣਾ, ਸਾਰੇ ਕੰਮ ਕਮੇਟੀ ਕਰ ਰਹੀ ਹੈ। ਇਸੇ ਘਟਨਾ ਨਾਲ ਮੇਲ ਖਾਂਦੀ ਇੱਕ ਹੋਰ ਵੀਡੀਓ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਨੂੰ ਲੈ ਕੇ ਜਾ ਰਿਹਾ ਸੀ ਤਾਂ ਇੱਕ ਬੱਕਰੀ ਦੂਸਰੇ ਬੱਕਰੀਆਂ ਨਾਲ ਭਿੜ ਦੀ ਡਿੱਗ ਜਾਂਦੀ ਹੈ ਅਤੇ ਦੂਸਰੀਆਂ ਬੱਕਰੀਆਂ 'ਚ ਫਸਣ ਕਰਕੇ ਉਸ ਨੂੰ ਘਸੀਟ ਕੇ ਲੈ ਜਾਂਦੀਆਂ ਨੇ।
ਤੇ ਜਦੋਂ ਮਾਲਕ ਨੂੰ ਪਤਾ ਲੱਗਦਾ ਤਾਂ ਉਹ ਬੱਕਰੀ ਨੂੰ ਸਾਈਡ ਤੇ ਲਿਜਾ ਕੇ ਆਪਣੇ ਮੂੰਹ ਨਾਲ ਸਾਹ ਦੇ ਕੇ ਜਿਉਂਦਾ ਕਰ ਦਿੰਦਾ ਹੈ। ਦੇਖੋ ਵੀਡੀਓ। ਇਸ ਖਬਰ ਨੂੰ ਸਾਡਾ ਦਿਖਾਉਣ ਦਾ ਮਕਸਦ ਇਹ ਹੈ ਕਿ ਅੱਜ ਵੀ ਕਲਯੁਗ ਦੀ ਦੁਨੀਆ 'ਚ ਕਈ ਇਨਸਾਨਾਂ 'ਚ ਇਨਸਾਨੀਅਤ ਕਾਇਮ ਹੈ। ਇਨਸਾਨ ਕਦੋਂ ਹੈਵਾਨ ਬਣ ਜਾਂਦਾ ਹੈ, ਇਸ ਦੀਆਂ ਖਬਰਾਂ ਤਾਂ ਹਰ ਰੋਜ਼ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਪਰ ਇਨਸਾਨ ਉਹੀ ਹੁੰਦਾ ਜਿਸ 'ਚ ਇਨਸਾਨੀਅਤ ਹੋਵੇ, ਹੈਵਾਨੀਅਤ ਨਹੀਂ। ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੂੰ ਖੇੜਾ ਦੇ ਨਾਲ ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।